ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਜਾਰੀ ਸੰਘਰਸ਼ ਨੂੰ ਲਗਾਤਾਰ ਸਮਰਥਨ ਮਿਲਣਾ ਜਾਰੀ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਮੋਹਾਲੀ ਵਿੱਚ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਦੇ ਉੱਘੇ ਕਲਾਕਾਰ ਗੁਰਦਾਸ ਮਾਨ ਉੱਥੇ ਪਹੁੰਚੇ। ਗੁਰਦਾਸ ਮਾਨ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਚੰਗੇ ਕਾਰਜ ਲਈ ਮੈਦਾਨ ਵਿੱਚ ਡਟੇ ਹੋਏ ਨੇ ਅਤੇ ਇਸੇ ਕਾਰਨ ਉਹਨਾਂ ਨੂੰ ਇੱਥੇ ਮਿਲਣ ਆਏ ਨੇ। ਕਾਨੂੰਨ ਦਾ ਮੈਨੂੰ ਨਹੀਂ ਜਾਣ, ਮੈਂ ਕਾਨੂੰਨ ਨੂੰ ਨਹੀਂ ਜਾਣਦਾ, ਮੈਂ ਤਾਂ ਉਸ ਮਾਲਕ ਦੀ ਸ਼ਖਸੀਅਤ ਨੂੰ ਜਾਣਦਾ, ਉਹਨਾਂ ਦੀ ਕਿਰਪਾ ਨੂੰ ਜਾਣਦਾ। ਔਰ ਉਸ ਸ਼ਖਸ ਨੂੰ, ਜਿਸ ਸ਼ਖਸ ਨੇ ਮੌਤ ਨੂੰ ਅਪਣਾ ਕੇ ਦੂਜਿਆਂ ਦੀ ਜ਼ਿੰਦਗੀ ਦੇ ਬਾਰੇ ਸੋਚਿਆ, ਉਸ ਨੂੰ ਪ੍ਰਣਾਮ ਕਰਨਾ ਹੈ, ਉਸ ਨੂੰ ਸਲੂਟ ਕਰਨਾ ਹੈ। ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਸਭ ਨੂੰ ਤੰਦਰੁਸਤੀ ਬਖਸ਼ੇ, ਔਰ ਉਹ ਜਿਹੜੇ ਵਿਚਾਰੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹ ਰਿਹਾਅ ਹੋਣ ਔਰ ਆਪਣੇ ਹੋਰ ਅੱਛੇ ਅੱਛੇ ਕਰਮ ਕਰ ਸਕਣ। ਬਸ ਇਹੀ ਮੇਰੇ ਹਾਂ, ਉਹੀ ਉਹੀ ਹੈ ਨਾ, ਕਾਨੂੰਨ ਤਾਂ ਤੁਸੀਂ ਸਾਰੇ ਜਾਣੋ, ਤੁਸੀਂ ਬਿਹਤਰ ਜਾਣਦੇ ਹੋ, ਮੈਂ ਤਾਂ ਸਿਰਫ ਕਾਨੂੰਨ ਮਤਲਬ ਮਾਲਕ ਨੂੰ ਜਾਣੂ। ਮੈਂ ਸਭ ਨੂੰ ਕਰੂੰਗਾ ਬਾਬੇ, ਮੈਂ ਸਭ ਦੀ ਸਪੋਰਟ ਕਰਨ ਵਾਲਾ, ਕਿਉਂਕਿ ਮੈਂ ਇੱਕ ਦਾ ਤਾਂ ਹੈ ਨਹੀਂ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।